ਦੇਸ਼ ਵਿਦੇਸ਼ ਚ ਡੀਡੀ ਪੰਜਾਬੀ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਵੰਦਨਾ ਖੰਨਾ ਅਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ। ਅਤੇ ਰੋਜ਼ ਦੀ ਤਰ੍ਹਾਂ ਖਾਸ ਖਾਸ ਖਬਰਾਂ 'ਤੇ ਵਿਚਾਰ ਚਰਚਾ ਕਰਨ ਦੇ ਲਈ, ਖਬਰਾਂ ਦੀ ਸਮੀਖਿਆ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਪੰਜਾਬ ਟਾਈਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ। ਆਓ ਸਭ ਤੋਂ ਪਹਿਲਾਂ ਬਰਾੜ ਸਾਹਿਬ ਦਾ ਸਵਾਗਤ ਕਰਦੇ ਹਾਂ। ਬਰਾੜ ਸਾਹਿਬ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਹੁਣ ਰੁੱਕ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। ਸਭ ਤੋਂ ਪਹਿਲਾਂ ਅੱਜ ਅਸੀਂ ਗੱਲ ਕਰਾਂਗੇ ਕੋਰੋਨਾ ਮਹਾਂਮਾਰੀ ਦੀ। ਦੁਨੀਆ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਕੋਵਿਡ-19 ਦੇ ਮਾਮਲੇ ਨੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਨੇ, ਔਰ ਆਮ ਚੋਣਾਂ ਜਿਹੜੀਆਂ ਨੇ ਉਹ ਇਸੇ ਕਰਕੇ ਅੱਗੇ ਪਾ ਦਿੱਤੀਆਂ ਗਈਆਂ ਨੇ। ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਦੁਆਰਾ ਫੈਸਲਾ ਲਿਆ ਗਿਆ ਸੀ ਸਕੂਲ ਖੋਲ੍ਹਣ ਦਾ, ਜਿਸ ਦੇ ਬਾਅਦ 93,000 ਬੱਚੇ ਜਿਹੜੇ ਨੇ ਉਹ ਕੋਵਿਡ-19 ਦੇ ਨਾਲ ਇਨਫੈਕਟਡ ਪਾਏ ਗਏ ਨੇ, ਔਰ 54 ਲੱਖ ਤੋਂ ਜਿਹੜੀ ਸੰਖਿਆ ਹੈਗੀ ਹੈ ਕੋਰੋਨਾ ਦੇ ਮਾਮਲਿਆਂ ਦੀ ਉਹ ਪਾਰ ਹੋ ਗਈ ਅਮਰੀਕਾ ਦੇ ਵਿੱਚ। ਕਿਵੇਂ ਵੇਖਦੇ ਹੋ ਦੁਨੀਆ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਕੋਰੋਨਾ ਦੇ ਜਿਹੜੇ ਅੰਕੜੇ ਨੇ ਪੂਰੇ ਸੰਸਾਰ ਦੇ ਵਿੱਚ, ਉਹਨਾਂ 'ਚ ਕੋਈ ਬਹੁਤੀ ਵੱਡੀ ਤਬਦੀਲੀ ਨਹੀਂ ਆਈ ਹੈਗੀ। ਅਮੈਰੀਕਾ ਦੇ ਵਿੱਚ ਪਹਿਲਾਂ ਵੀ ਵੱਡੇ ਅੰਕੜੇ ਸੀਗੇ, ਮੌਤਾਂ ਵੀ ਬਹੁਤ ਵੱਡੀ ਗਿਣਤੀ ਹੋ ਰਹੀਆਂ ਸੀਗੀਆਂ ਜੀ। ਅਸਲ 'ਚ ਅਮੈਰੀਕਾ ਨੇ ਜਿਹੜੀਆਂ ਆਰਥਿਕ ਸਰਗਰਮੀਆਂ ਸੀਗੀਆਂ ਉਹਨਾਂ ਨੂੰ ਟਾਲਿਆ ਨਹੀਂ ਹੈਗਾ, ਉਹਨਾਂ ਨੂੰ ਬੰਦ ਨਹੀਂ ਕੀਤਾ। ਇੱਕ ਇਲਾਜ ਦੀਆਂ ਜਿਹੜੀ ਸਹੂਲਤਾਂ ਨੇ ਉਹਦਾ ਵੀ ਥੋੜ੍ਹਾ ਜਿਹਾ ਫਰਕ ਹੈ ਦੂਸਰੇ ਦੇਸ਼ਾਂ ਨਾਲੋਂ। ਹਾਂ, ਨਿਊਜ਼ੀਲੈਂਡ ਦੀ ਜ਼ਰੂਰ ਸਥਿਤੀ ਗੰਭੀਰ ਹੈ, ਪਰ ਨਿਊਜ਼ੀਲੈਂਡ ਸਰਕਾਰ ਬਹੁਤ ਇਸ ਗੱਲ ਤੋਂ ਚੌਕਸ ਹੈਗੀ ਵੀ ਇੱਕ ਜ਼ਿਆਦਾ ਕੇਸ ਨਹੀਂ ਵਧਣੇ ਚਾਹੀਦੇ। ਪਹਿਲਾਂ ਵੀ ਇੱਕ ਉਦਾਹਰਣ ਬਣਿਆ ਹੋਇਆ ਸੀ ਨਿਊਜ਼ੀਲੈਂਡ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਉਹਨਾਂ ਨੇ ਬਹੁਤ ਅੱਛੇ ਪ੍ਰਬੰਧ ਕੀਤੇ ਸੀਗੇ। ਪਰ ਜਿਹੜੇ ਪਹਿਲੇ 3 ਦੇਸ਼ ਹੈ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈਗਾ, ਉਹਨਾਂ ਦੇ ਵਿੱਚ ਸਥਿਤੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ, ਹਾਲੇ ਕੋਈ ਉਹ 'ਚ ਮੋੜਾ ਨਹੀਂ ਪਿਆ ਹੈਗਾ। ਸਿਰਫ ਇਹ ਹੈ ਵੀ ਭਾਰਤ ਨੇ ਕਾਫੀ ਕੰਟਰੋਲ ਕੀਤਾ, ਭਾਰਤ ਦੇ ਵਿੱਚ ਜਿਹੜੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੈਗੀ ਉਹ ਵੀ ਲਗਾਤਾਰ ਸੁਧਰ ਰਹੀ ਹੈਗੀ, ਮੌਤਾਂ ਦੀ ਜਿਹੜੀ ਦਰ ਹੈਗੀ ਉਹ ਵੀ 1.2% ਦੇ ਆਸ ਪਾਸ ਆ ਚੁੱਕੀ ਹੈਗੀ। ਅਤੇ ਜਿਹੜੀ ਬਾਕੀ ਜਿਹੜੇ ਰਾਜ ਨੇ, ਵੱਖ ਵੱਖ ਰਾਜ ਨੇ, ਉਹਨਾਂ ਵਿੱਚ ਕਈ ਰਾਜ ਨੇ ਜਿਨ੍ਹਾਂ ਵਿੱਚ ਸਥਿਤੀ ਠੀਕ ਨਹੀਂ ਹੈਗੀ ਜੀ। ਬਿਲਕੁਲ, ਗੱਲ ਕਰੀਏ ਪੰਜਾਬ ਦੀ, ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਕੋਵਿਡ-19 ਦੇ ਵਾਧੇ ਮਾਮਲਿਆਂ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫੈਸਲਾ ਲਿਆ, ਔਰ ਫੈਸਲਾ ਇਹ ਲਿਆ ਕਿ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਰਗੇ ਸ਼ਹਿਰਾਂ ਦੇ ਵਿੱਚ ਕੁਝ ਹੋਰ ਪਾਬੰਦੀਆਂ ਜਿਹੜੀਆਂ ਨੇ ਲਾਈਆਂ ਜਾਣਗੀਆਂ, ਸਖ਼ਤ ਪਾਬੰਦੀਆਂ ਇੱਕ ਵਾਰ ਫਿਰ ਤੋਂ ਲਾਉਣੀਆਂ ਪੈ ਸਕਦੀਆਂ ਨੇ। ਔਰ ਮੁੱਖ ਮੰਤਰੀ ਨੇ ਇਹ ਤਾਂ ਕਿਹਾ ਹੈ ਕਿ ਜੇਕਰ ਹਾਲਾਤ ਨੋਰਮਲ ਨਹੀਂ ਹੁੰਦੇ ਤਾਂ ਹੋਰ ਵੀ ਸਖ਼ਤ ਪਾਬੰਦੀਆਂ ਹੋ ਸਕਦੀਆਂ ਨੇ, ਲੋਕਡਾਊਨ ਇੱਕ ਵਾਰ ਫਿਰ ਤੋਂ ਲਾਉਣਾ ਪੈ ਸਕਦਾ। ਕਿਵੇਂ ਵੇਖਦੇ ਹੋ, ਕਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਇਸ ਵਾਰ, ਔਰ ਕਿਵੇਂ ਵੇਖਦੇ ਹੋ ਇਸ ਖਬਰ ਨੂੰ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਪੰਜਾਬ ਸਰਕਾਰ ਜੋ ਕਦਮ ਚੁੱਕ ਰਹੀ ਹੈ ਜਾਂ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਚੁੱਕੀ ਹੈਗੀ ਜੀ, ਉਹ ਤੋਂ ਇੱਕ ਗੱਲ ਬੜੀ ਸਾਫ਼ ਹੈਗੀ, ਪੰਜਾਬ ਸਰਕਾਰ ਸਿਰਫ ਐਲਾਨ ਕਰਦੀ ਹੈ, ਉਹਨਾਂ ਉੱਪਰ ਅਮਲ ਨਹੀਂ ਹੁੰਦਾ ਹੈਗਾ ਜੀ। ਕਿਉਂਕਿ ਜਿਹੜੀਆਂ ਲੋਕਡਾਊਨ ਦੀਆਂ ਪਾਬੰਦੀਆਂ ਪਹਿਲਾਂ ਵੀ ਸ਼ਾਮਿਲ ਸੀ, ਹੁਣ ਵੀ ਉਹ ਕਿਹਾ ਵੀ ਲੋਕਡਾਊਨ ਲਾ ਸਕਦੇ ਹਾਂਗੇ, ਅਤੇ ਪਰ ਜਿਹੜੀਆਂ ਪਾਬੰਦੀਆਂ ਸੀਗੀਆਂ ਉਹਨਾਂ ਦੀ ਉਸ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ। ਤੁਸੀਂ ਦੇਖੋ ਵੀ ਪੰਜਾਬ ਦੇ 2 ਮੰਤਰੀਆਂ ਨੂੰ ਕੋਰੋਨਾ ਹੋ ਚੁੱਕਾ ਹੈ, 4 ਦੇ ਕਰੀਬ ਵਿਧਾਇਕਾਂ ਨੂੰ ਹੋ ਚੁੱਕਾ ਹੈ, ਅਧਿਕਾਰੀ ਨੂੰ ਹੋ ਚੁੱਕਾ ਹੈ, ਇੱਕ ਪੂਰਾ ਇੱਕ ਡਿਪਾਰਟਮੈਂਟ ਹੈ ਹੋਮ ਡਿਪਾਰਟਮੈਂਟ, ਉਹਦੇ ਵਿੱਚ ਵੀ ਇਹ ਮੁਸ਼ਕਲ ਆ ਰਹੀ ਹੈਗੀ। ਅਤੇ ਤੁਸੀਂ ਦੇਖੋ, ਜਨਤਕ ਤੌਰ 'ਤੇ ਮੰਤਰੀ ਜਾਂ ਵਿਧਾਇਕ ਜਾਂ ਹੋਰ ਨੇਤਾ ਨੇ ਜਿਹੜੇ ਉਹ ਉਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹੈਗੇ। ਇਹ ਗੱਲ ਠੀਕ ਹੈ ਵੀ ਸਰਕਾਰ ਨੂੰ ਹੋਰ ਸਖਤੀ ਵਰਤਣੀ ਚਾਹੀਦੀ ਹੈ, ਹੋਰ ਜਿੰਨੇ ਖਾਸ ਤੌਰ 'ਤੇ ਜਿਹੜੇ 3 ਜ਼ਿਲ੍ਹਿਆਂ 'ਚ, ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਮਤਲਬ 25% ਕੇਸ ਜਿਹੜੇ ਲੁਧਿਆਣਾ ਵਿੱਚ ਆ ਰਹੇ ਨੇ ਪੂਰੇ ਪੰਜਾਬ ਦੇ, ਜਲੰਧਰ ਦੇ ਵਿੱਚ ਵੀ ਸਥਿਤੀ ਬਹੁਤ ਨਾਜ਼ੁਕ ਹੋ ਚੁੱਕੀ ਹੈ, ਕੱਲ੍ਹ 300 ਦੇ ਕਰੀਬ ਕੇਸ ਆ ਚੁੱਕੇ ਨੇ, ਇਸੇ ਤਰ੍ਹਾਂ ਹੀ ਪਟਿਆਲਾ ਦੇ ਵਿੱਚ ਸਥਿਤੀ ਹੈ। ਤੁਸੀਂ 17 ਜ਼ਿਲ੍ਹਿਆਂ ਦੇ ਵਿੱਚੋਂ ਕੇਸ ਰਿਪੋਰਟ ਹੋਏ ਨੇ ਕੱਲ੍ਹ ਜੀ, ਅਤੇ ਉਹ ਮੇਰੇ ਕੋਲ ਬਹੁਤ ਗੰਭੀਰਤਾ ਵਾਲੀ ਗੱਲ ਹੈ, ਇਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹਦੇ ਵਿੱਚ ਸਰਕਾਰ ਨੂੰ ਹਾਲੇ ਤੱਕ ਸਫਲਤਾ ਨਹੀਂ ਮਿਲੀ ਹੈਗੀ, ਬੇਸ਼ੱਕ ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਵੀ ਕਿਹਾ ਸੀ ਵੀ ਅਸੀਂ ਆਡਿਟ ਕਰਾਂਗੇ ਸਾਡੀਆਂ ਜਿਹੜੀਆਂ ਸਿਹਤ ਸੇਵਾਵਾਂ ਨੇ, ਸਾਡਾ ਜਿਹੜਾ ਮੌਤਾਂ ਦੀ ਦਰ ਹੈਗੀ ਉਹ 6% ਦੇ ਆਸ ਪਾਸ ਹੈਗੀ, ਜਿਹੜੀ ਮਤਲਬ 2 ਗੁਣਾ ਤੋਂ ਵੀ ਜ਼ਿਆਦਾ ਦੂਸਰੇ ਜਿਹਨਾਂ ਨੂੰ ਤੁਸੀਂ ਹਰਿਆਣਾ ਦੇ ਵਿੱਚ, ਹਰਿਆਣਾ ਨਾਲੋਂ ਵੀ 2 ਗੁਣਾ ਸਾਡਾ ਹੈਗਾ, ਹਾਲਾਂਕਿ ਹਰਿਆਣਾ ਦੇ ਵਿੱਚ ਸਾਡੇ ਨਾਲੋਂ ਘੱਟ ਹੈਲਥ ਦਾ ਜਿਹੜਾ ਸਟਰਕਚਰ ਹੈ ਉਹ ਛੋਟਾ ਹੈਗਾ ਜੀ। ਬਿਲਕੁਲ, ਗੱਲ ਕਰੀਏ ਨੀਟ ਅਤੇ JEE ਪ੍ਰੀਖਿਆਵਾਂ ਦੀ, ਕੋਵਿਡ-19 ਦੇ ਸੁਰੱਖਿਆ ਦੇ ਮੱਦੇਨਜ਼ਰ ਬਾਰ ਬਾਰ ਜਿਹੜੀਆਂ ਇਹ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਪ੍ਰਵੇਸ਼ ਦੀਆਂ ਪ੍ਰੀਖਿਆਵਾਂ ਸੀਗੀਆਂ ਬਾਰ ਬਾਰ ਟਲ ਰਹੀਆਂ ਸੀ, ਪਰ ਹੁਣ ਸੁਪਰੀਮ ਕੋਰਟ ਨੇ ਫੈਸਲਾ ਲੈ ਲਿਆ, ਔਰ ਸੁਪਰੀਮ ਕੋਰਟ ਨੇ ਫੈਸਲਾ ਲਿਆ ਕਿ ਪ੍ਰੀਖਿਆਵਾਂ ਹੋਣਗੀਆਂ ਔਰ ਸਤੰਬਰ ਦੇ ਵਿੱਚ ਹੋਣਗੀਆਂ। ਇਸ ਖਬਰ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ, 20 ਲੱਖ ਦੇ ਵਿਦਿਆਰਥੀ ਕਰੀਬ ਇਸ ਪ੍ਰੀਖਿਆ ਨੂੰ, ਕਿਉਂਕਿ ਸਾਰੀ ਦਾਖਲੇ ਦੀ ਪ੍ਰਕਿਰਿਆ ਜਾਂ ਅੱਗੋਂ ਵਧਣ ਦੀ ਜਿਹੜੀ ਪ੍ਰਕਿਰਿਆ ਵਿਦਿਆਰਥੀਆਂ ਦੀ, ਇਸ ਪ੍ਰੀਖਿਆ ਦੇ ਆਧਾਰ 'ਤੇ ਹੈਗੀ। ਪਰ ਇਹਦੇ ਵਿੱਚ 11 ਵਿਦਿਆਰਥੀਆਂ ਨੇ ਪਟੀਸ਼ਨ ਪਾਈ ਸੀਗੀ, ਸਰਕਾਰ ਵੱਲੋਂ ਕੋਈ ਪਟੀਸ਼ਨ ਨਹੀਂ ਸੀਗੀ, ਉਹ ਚਾਹੁੰਦੇ ਸੀ ਕਿਉਂਕਿ ਅੱਜ ਦੇ ਹਾਲਾਤ ਠੀਕ ਨਹੀਂ ਹੈਗੇ, ਇਸ ਕਰਕੇ ਇਸ ਪ੍ਰੀਖਿਆ ਨੂੰ ਅੱਗੇ ਪਾਤਾ ਜਾਵੇ। ਸਰਕਾਰ ਨੇ ਪਹਿਲੀਆਂ ਤਰੀਕਾਂ ਤੈਅ ਕੀਤੀਆਂ ਹੋਈਆਂ ਸਤੰਬਰ ਦੀਆਂ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਰਕਾਰ ਨੂੰ ਜਾਂ ਸਰਕਾਰ ਦੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਪ੍ਰੀਖਿਆ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਇੱਕ ਨਵੀਂ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ ਚੀਜ਼ਾਂ ਨੂੰ, ਕਿਉਂਕਿ ਹੁਣ ਤੁਸੀਂ
ਆਫਲਾਈਨ ਪ੍ਰੀਖਿਆਵਾਂ ਮੇਰੇ ਖਿਆਲ ਨਹੀਂ ਹੋਣੀਆਂ ਚਾਹੀਦੀਆਂ, ਆਨਲਾਈਨ ਹੋ ਸਕਦੀਆਂ ਨੇ, ਸਾਰੇ ਥਾਵਾਂ 'ਤੇ ਇਸ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ, ਵੱਖ ਵੱਖ ਸੰਸਥਾਵਾਂ ਕੋਲ ਵੀ ਪ੍ਰਬੰਧ ਹੈਗੇ ਨੇ, ਇੱਕ ਨਵੀਂ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ। ਦੂਸਰਾ ਇਹ ਹੈ ਵੀ ਵਿਦਿਆਰਥੀਆਂ ਨੂੰ ਇਹਦੇ ਲਈ ਥੋੜ੍ਹਾ ਜਿਹਾ ਮੌਕਾ ਦੇਣਾ ਚਾਹੀਦਾ, ਹੋ ਸਕਦਾ ਇਹ ਪ੍ਰੀਖਿਆ ਜੇ ਇੱਕ ਮਹੀਨਾ ਹੋਰ ਵੀ ਲੇਟ ਕਰ ਦਿੱਤੀ ਜਾਂਦੀ, ਅਕਤੂਬਰ ਦੇ ਵਿੱਚ ਕਰ ਦਿੱਤੀ ਜਾਂਦੀ, ਤਾਂ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਆਉਣੀ ਹੈਗੀ। ਸੁਪਰੀਮ ਕੋਰਟ ਦਾ ਤਰਕ ਬਿਲਕੁਲ ਸਹੀ ਹੈ ਵੀ ਇੱਕ ਸਾਲ ਅਸੀਂ ਵਿਦਿਆਰਥੀਆਂ ਦਾ ਨਹੀਂ ਮਾਰਨਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਉਹ ਪ੍ਰੀਖਿਆ ਹੋਣ, ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਜਿਹੜੀ ਇਹ ਸਥਿਤੀ ਹੈ ਜਿਹੜੀ ਕੋਰੋਨਾ ਵਾਲੀ ਹੈ, ਇਹ ਇੱਕ ਸਾਲ ਹੋਰ ਚੱਲ ਸਕਦੀ ਹੈ। ਇਹਦਾ ਮਤਲਬ ਅਸੀਂ ਇੱਕ ਸਾਲ ਸਾਰੀਆਂ ਸਰਗਰਮੀਆਂ ਨੂੰ ਠੱਪ ਕਰ ਦਈਏ, ਖਾਸ ਤੌਰ 'ਤੇ ਜਿਹੜੀਆਂ ਪ੍ਰੀਖਿਆ ਨਾਲ ਜੁੜੀਆਂ ਹੋਈਆਂ ਨੇ ਜਾਂ ਸਿੱਖਿਆ ਨਾਲ ਜੁੜੀਆਂ ਹੋਈਆਂ ਸਰਗਰਮੀਆਂ ਨੇ, ਉਹਨਾਂ ਨੂੰ ਜਾਰੀ ਵੀ ਰੱਖਿਆ ਜਾਣਾ ਚਾਹੀਦਾ, ਪਰ ਉਹ ਸਾਰੀਆਂ ਅਹਤਿਆਤ ਸਾਨੂੰ ਵਰਤਣੇ ਚਾਹੀਦੇ ਨੇ, ਸਾਰੂ ਨਵੀਂ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ। ਪੂਰੀ ਦੁਨੀਆ ਦੇ ਵਿੱਚ ਇੱਕ ਨਵੀਆਂ ਤਕਨੀਕਾਂ ਵਿਕਸਿਤ ਹੋ ਰਹੀਆਂ ਨੇ ਇਹ ਚੀਜ਼ਾਂ ਨਾਲ ਨਜਿੱਠਣ ਦੇ ਲਈ, ਹਾਲੇ ਤੱਕ ਅਸੀਂ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਹੈਗਾ, ਸਾਨੂੰ ਉਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੀ ਬਿਲਕੁਲ, ਅਗਲੀ ਖਬਰ ਵੱਲ ਚੱਲਦੇ ਹਾਂ ਸਰ ਆਲੀ। ਹੈਲਥ ਅਤੇ ਵੈਲਨੈਸ ਸੈਂਟਰ ਚਲਾਉਣ ਵਾਲੇ ਸੂਬਿਆਂ 'ਚੋਂ ਪੰਜਾਬ ਜਿਹੜਾ ਹੈ ਵਧੀਆ ਪ੍ਰਦਰਸ਼ਨ ਦੇ ਲਈ ਭਾਰਤ ਦੀ ਰੈਂਕਿੰਗ ਦੇ ਵਿੱਚ ਉਹਨੂੰ ਪਹਿਲਾ ਸਥਾਨ ਮਿਲਿਆ, ਇਸ ਖਬਰ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜੀ ਪੰਜਾਬ ਦੇ ਵਿੱਚ ਕੋਈ 2042 ਜਿਹੜੇ ਇਸ ਤਰ੍ਹਾਂ ਦੇ ਵੈਲਨੈਸ ਅਤੇ ਸਿਹਤ ਦੇ ਕੇਂਦਰ ਨੇ ਜਿਹੜੇ, ਉਹਨਾਂ ਇਹਦੇ ਜਿਹੜਾ ਮਾਪਦੰਡ ਮੇਰੇ ਕੋਲ ਥੋੜ੍ਹਾ ਵੱਖਰਾ ਹੈ। ਜਿਹੜੀ ਕਰੋਨਾ ਦੀ ਸਥਿਤੀ ਦੇਖੀਏ ਤਾਂ ਲੱਗਦਾ ਵੀ ਸਾਡੀਆਂ ਜਿਹੜੀਆਂ ਵੈਲਨੈਸ ਨਾਲ ਜੁੜੀਆਂ ਸੰਸਥਾਵਾਂ ਨੇ ਜਾਂ ਸਿਹਤ ਨਾਲ ਜੁੜੀਆਂ ਸੰਸਥਾਵਾਂ ਨੇ, ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈਗੀ। ਇਹ ਇੱਕ ਵੱਖਰਾ ਇੱਕ ਮਸਲਾ ਹੈਗਾ ਰੈਂਕਿੰਗ ਦਾ, ਇਹਦੇ ਵਿੱਚ ਵੱਖਰੇ ਮਾਪਦੰਡ ਨੇ, ਇਸ ਕਰਕੇ ਇਹਨਾਂ ਦੀ ਰੈਂਕਿੰਗ ਇੱਕ ਨੰਬਰ ਆਈ ਹੈ ਪੂਰੇ ਦੇ ਵਿੱਚ। ਸਾਡੇ ਨਾਲ ਮਤਲਬ ਹਰਿਆਣਾ ਵੀ ਪਛੜ ਗਿਆ, 17 ਨੰਬਰ 'ਤੇ ਆਇਆ ਹਰਿਆਣਾ, ਅਤੇ ਇਹ ਮੇਰੇ ਖਿਆਲ ਬੜੀ ਖੁਸ਼ੀ ਦੀ ਗੱਲ ਹੈ, ਪਰ ਇਹਦੇ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ, ਤਾਲਮੇਲ ਦੀ ਬਹੁਤ ਕਮੀ ਹੈ ਸਾਡਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਵਿੱਚ, ਤਾਲਮੇਲ ਦੀ ਕਮੀ ਹੈਗੀ, ਸਰਕਾਰ ਦੇ ਵਿੱਚ ਵੀ ਕਮੀ ਹੈ, ਮੁੱਖ ਮੰਤਰੀ ਕੁਝ ਹੋਰ ਕਹਿ ਦਿੰਦੇ ਕਈ ਵਾਰ, ਸਿਹਤ ਮੰਤਰੀ ਕੋਈ ਹੋਰ ਬਿਆਨ ਦੇ ਦਿੰਦੇ ਨੇ, ਇਹ ਸਾਰੇ ਚੀਜ਼ਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖਣਾ ਚਾਹੀਦਾ। ਜਦ ਤੱਕ ਅਸੀਂ, ਕਿਉਂਕਿ ਮੌਜੂਦਾ ਸਥਿਤੀ ਜਿਹੜੀ ਕਰੋਨਾ ਦੀ ਹੈਗੀ ਇਹਦੇ ਨਾਲ ਅਸੀਂ ਠੀਕ ਤਰੀਕੇ ਨਾਲ ਨਹੀਂ ਨਜਿੱਠਦੇ ਹੈਗੇ, ਮੌਤਾਂ ਦੀ ਗਿਣਤੀ ਨਹੀਂ ਘਟਾਉਂਦੇ ਹੈਗੇ, ਅਸੀਂ ਜਿਹੜੀ ਸਾਡੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੈਗੀ ਉਹ ਸੁਧਾਰਦੇ ਨਹੀਂ ਹੈਗੇ, ਘੱਟੋ ਘੱਟ ਅਸੀਂ ਜਿਹੜੀ ਕੇਂਦਰੀ ਦਰ ਹੈਗੀ ਉਹਦੇ ਬਰਾਬਰ ਲੈ ਕੇ ਆਈਏ, ਤਾਂ ਅਸੀਂ ਇਹ ਸਮਝ ਸਕਦੇ ਹਾਂ ਵੀ ਸਾਡੀਆਂ ਜਿਹੜੀਆਂ ਸਿਹਤ ਨਾਲ ਜੁੜੀਆਂ ਸੰਸਥਾਵਾਂ ਨੇ ਉਹ ਬਿਹਤਰ ਕੰਮ ਕਰ ਰਹੀਆਂ ਨੇ। ਜੀ ਬਿਲਕੁਲ, ਜੇਕਰ ਦੇਸ਼ ਦੇ ਵਿੱਚ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਕੋਵਿਡ-19 ਦੇ ਮੱਦੇਨਜ਼ਰ, ਔਰ ਗੱਲ ਕੀਤੀ ਜਾਵੇ ਵੱਧਦੇ ਮਾਮਲਿਆਂ ਦੀ ਦੇਸ਼ ਦੇ ਵਿੱਚ, ਤਾਂ ਕਿਵੇਂ ਵੇਖਦੇ ਹੋ? ਔਰ ਟੈਸਟਿੰਗ ਦੀ ਵੀ ਗੱਲ ਨਾਲ ਅਸੀਂ ਕਰਾਂਗੇ ਕਿ ਟੈਸਟਿੰਗ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕਿ ਟੈਸਟਿੰਗ ਉਨੀ ਤੇਜ਼ੀ ਨਾਲ ਹੋ ਰਹੀ ਹੈ ਜਿੰਨੀ ਤੇਜ਼ੀ ਨਾਲ ਮਾਮਲੇ ਵੱਧ ਰਹੇ ਨੇ? ਮੇਰੇ ਖਿਆਲ ਟੈਸਟਿੰਗ ਹਲੇ ਵੀ ਸਾਡੇ, ਇੱਕ ਤਾਂ ਪੇਡ ਆ ਸਾਰੇ ਥਾਵਾਂ 'ਤੇ, ਬਹੁਤੇ ਲੋਕ ਟੈਸਟਿੰਗ ਕਰਾ ਨਹੀਂ ਸਕਦੇ ਹੈਗੇ, ਬਹੁਤ ਲੋਕ ਡਰਦੇ ਵੀ ਨੇ, ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਡਰ ਪਾਇਆ ਜਾ ਰਿਹਾ ਹੈਗਾ। ਕੇਂਦਰ ਸਰਕਾਰ ਨੇ ਵਧਾਈ ਹੈ ਕਿ, ਪਰ ਪੰਜਾਬ ਦੇ ਵਿੱਚ ਹਲੇ ਵੀ ਹਰਿਆਣਾ ਨਾਲੋਂ ਅੱਧੇ ਤੋਂ ਵੀ ਘੱਟ ਹੈ, 8000 ਦੇ ਕਰੀਬ ਡੇਲੀ ਟੈਸਟਿੰਗ ਹੈ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ 18000 ਤੋਂ ਉੱਪਰ ਹੈਗੀ। ਕੁਛ ਜਿਹੜੇ ਰਾਜ ਬਹੁਤ ਪ੍ਰਭਾਵਿਤ ਨੇ ਉਹਨਾਂ ਦੇ ਵਿੱਚ ਵੀ ਟੈਸਟਿੰਗ ਦਰ ਘੱਟ ਹੈ, ਮਹਾਰਾਸ਼ਟਰ ਦੇ ਵਿੱਚ ਵੀ ਘੱਟ ਹੈਗੀ, ਬਿਹਾਰ ਦੇ ਵਿੱਚ ਵੀ ਘੱਟ ਹੈਗੀ। ਇਹ ਇੱਕ ਤਾਂ ਟੈਸਟਿੰਗ ਦਰ ਵਧਾਉਣੀ ਚਾਹੀਦੀ, ਦੂਸਰਾ ਇਹ ਜਿਹੜਾ ਟੈਸਟਿੰਗ ਦਾ ਸਿਲਸਿਲਾ ਜਿਹੜਾ ਇਹਨੂੰ ਮੇਰੇ ਖਿਆਲ ਇਹਨੂੰ ਮੁਕਤ ਕਰ ਦਿੱਤਾ ਜਾਵੇ ਜ਼ਿਆਦਾ ਬਿਹਤਰ ਹੈ, ਕਿਉਂਕਿ ਆਮ ਲੋਕ ਜਿਹੜੇ ਇਸ ਗੱਲ ਨੂੰ ਪੇ ਨਹੀਂ ਕਰ ਸਕਦੇ, ਜਿਹੜੇ ਪੈਸੇ ਨਹੀਂ ਦੇ ਸਕਦੇ, ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਚਾਹੀਦੀ ਫਰੀ ਵਾਲੀ, ਕਿਉਂਕਿ ਇਹ ਬਹੁਤ ਵੱਡਾ ਮਸਲਾ। ਦੂਸਰਾ ਇਹ ਹੈ ਵੀ ਸਾਨੂੰ ਜਿਹੜੀਆਂ ਇਲਾਜ ਸਹੂਲਤਾਂ ਨੇ ਪੰਜਾਬ 'ਚ ਵੀ ਜਾਂ ਹੋਰ ਥਾਵਾਂ 'ਤੇ ਵੀ, ਉਹਨੂੰ ਸੁਧਾਰਨ ਦੀ ਜ਼ਰੂਰਤ ਹੈਗੀ, ਉਹਦੇ ਵਿੱਚ ਤਾਲਮੇਲ ਬਣਾਉਣ ਦੀ ਜ਼ਰੂਰਤ ਹੈ। ਸੈਂਟਰ ਸਰਕਾਰ ਨੂੰ ਇਹਦੇ ਲਈ ਵਧੇਰੇ ਫੰਡਿੰਗ ਦੀ ਵੀ ਜ਼ਰੂਰਤ ਹੈ, ਕਿਉਂਕਿ ਪੰਜਾਬ ਸਰਕਾਰ ਕੋਲ ਜਾਂ ਦੂਜੀਆਂ ਸਰਕਾਰਾਂ ਕੋਲ ਇੰਨੀ ਫੰਡਿੰਗ ਹੈ ਨਹੀਂ, ਕਿ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਚੁੱਕਾ ਹੈ। ਜਿਹੜੀਆਂ ਸਰਕਾਰਾਂ ਪਹਿਲੀ ਆਰਥਿਕ ਸੰਕਟ ਦੇ ਵਿੱਚ ਨੇ ਉਹਨਾਂ ਲਈ ਇਹ ਮੁਸ਼ਕਲ ਹੈ ਵੀ ਉਹ ਮਰੀਜ਼ਾਂ ਦੀ ਸਾਂਭ ਸੰਭਾਲ ਉੱਤੇ ਖਰਚਾ ਕਰਨ। ਜੀ ਬਿਲਕੁਲ, ਅਗਲੀ ਖਬਰ ਵੱਲ ਚੱਲਦੇ ਹਾਂ। ਐਸ ਵਾਈ ਐਲ ਮਸਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਬੈਠਕ ਜਿਹੜੀ ਹੈ ਉਹ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਦੇ ਵਿੱਚ ਹੋਣ ਜਾ ਰਹੀ ਹੈ। ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਬਰਾੜ ਸਾਹਿਬ, ਕੀ ਲੱਗਦਾ ਹੈ ਕਿ ਇਸ ਬੈਠਕ ਦੇ ਵਿੱਚ ਕੋਈ ਫੈਸਲਾ ਹੋ ਸਕੇਗਾ ਐਸ ਵਾਈ ਐਲ ਮਸਲੇ ਨੂੰ ਲੈ ਕੇ? ਦੇਖੋ, ਪਹਿਲੀ ਗੱਲ ਤਾਂ ਵੀ ਇਸ ਜਿਹੜਾ ਮੁੱਦਾ ਹੈਗਾ ਬਹੁਤ ਪੇਚੀਦਾ ਮੁੱਦਾ, ਇਹਦੇ ਨਾਲ ਦੋਨੇ ਰਾਜਾਂ ਦੀ ਸਿਆਸਤ ਜੁੜੀ ਹੋਈ ਹੈ। ਜੀ ਕੋਈ ਪੰਜਾਬ ਦੇ ਵਿੱਚ ਮੇਰੇ ਖਿਆਲ ਕੋਈ ਵੀ ਨੇਤਾ ਨਹੀਂ ਹੈਗਾ ਜਿਹੜਾ ਇਸ ਉੱਤੇ ਸਰਬਸੰਮਤੀ ਨਾਲ ਕੋਈ ਫੈਸਲਾ ਕਰ ਲਏਗਾ। ਹੁਣ ਵੀ ਬੇਸ਼ੱਕ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਆਨਲਾਈਨ ਮੀਟਿੰਗ ਹੋਣੀ ਅੱਜ, ਉਹਦੇ ਵਿੱਚ ਵਿਚਾਰਿਆ ਜਾਣਾ। ਪੰਜਾਬ ਨੇ ਆਪਣਾ ਪੱਖ ਪਹਿਲਾਂ ਵੀ ਰੱਖਤਾ ਵੀ ਸਾਡੇ ਕੋਲ 3 ਜਿਹੜੇ ਦਰਿਆ ਨੇ ਉਹਨਾਂ ਦੀ ਪਾਣੀ ਦੀ ਮੌਜੂਦਾ ਉਪਲਬਧਤਾ ਇੰਨੀ ਘੱਟ ਹੈਗੀ ਵੀ ਅਸੀਂ ਕਿਸੇ ਹੋਰ ਰਾਜ ਨੂੰ ਹੋਰ ਪਾਣੀ ਨਹੀਂ ਦੇ ਸਕਦੇ ਹੈਗੇ, ਅਤੇ ਅੱਜ ਵੀ ਮੇਰੇ ਖਿਆਲ ਸਥਿਤੀ ਇੱਥੇ ਰਹਿਣ ਦੀ ਸੰਭਾਵਨਾ ਹੈਗੀ, ਕਿਉਂਕਿ ਇਹਦੇ ਵਿੱਚ ਜਿਹੜਾ ਪਹਿਲਕਦਮੀ ਤਾਂ ਪੰਜਾਬ ਨੇ ਲੈਣੀ ਆ। ਪੰਜਾਬ ਜੇ ਚਾਹੇਗਾ ਤਾਂ ਹੀ ਇਹ ਮਸਲਾ ਅੱਗੇ ਤੁਰੇਗਾ। ਜੀ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਕਾਂਗਰਸ ਦੀ, ਉਹ ਵੀ ਮੇਰੇ ਖਿਆਲ ਇਸ ਤਰ੍ਹਾਂ ਦਾ ਸਿਆਸੀ ਤੌਰ 'ਤੇ ਆਤਮਘਾਤ ਵਾਲਾ ਕਦਮ ਨਹੀਂ ਚੁੱਕੇਗੀ ਵੀ ਉਹ ਹਰਿਆਣਾ ਦੇ ਨਾਲ ਸਮਝੌਤਾ ਕਰੇਗੀ। ਜੀ ਅਕਾਲੀ ਦਲ ਦੇ ਪ੍ਰਧਾਨ
3 ਹਫ਼ਤਿਆਂ ਦਾ ਸਮਾਂ ਦਿੱਤਾ ਹੋਇਆ ਇਸ ਦੀ ਰਿਪੋਰਟ ਬਣਨੀ ਹੈ ਰਿਪੋਰਟ ਕੇਂਦਰ ਨੇ ਸਬਮਿਟ ਕਰਨੀ ਹੈ ਸੁਪਰੀਮ ਕੋਰਟ ਦੇ ਵਿੱਚ ਸਰਬਸੰਮਤੀ ਹੋਣ ਦੀ ਸੰਭਾਵਨਾ ਹੈ ਨਹੀਂ ਸੁਪਰੀਮ ਕੋਰਟ ਆਪਣੇ ਤੌਰ 'ਤੇ ਕੋਈ ਆਦੇਸ਼ ਦੇ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੀ ਬਿਲਕੁਲ ਇਹ ਮਸਲਾ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਇਸ ਮਸਲੇ ਬਾਰੇ ਸਾਨੂੰ ਥੋੜ੍ਹਾ ਵਿਸਤਾਰ ਦੇ ਵਿੱਚ ਦੱਸੋ ਇੱਕ ਤਾਂ ਇਹ ਵੀ 40 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇੰਦਰਾ ਗਾਂਧੀ ਉਦੋਂ ਸਾਡੇ ਪ੍ਰਧਾਨ ਮੰਤਰੀ ਸੀ ਉਸ ਸਮੇਂ ਸਮਝੌਤਾ ਹੋਇਆ ਸੀ ਇਸ ਵੇਲ ਨਹਿਰ ਦਾ ਇਸ ਵੇਲ ਨਹਿਰ ਬਣ ਵੀ ਚੁੱਕੀ ਸੀ ਪਰ ਹੁਣ ਉਹਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈਗੀ ਬਹੁਤ ਥਾਵਾਂ 'ਤੇ ਟੁੱਟ ਚੁੱਕੀ ਹੈ ਕੁਝ ਥਾਵਾਂ 'ਤੇ ਜ਼ਮੀਨ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਹੈਗੀ ਅਤੇ ਇਹ ਜਿਹੜਾ ਹਰਿਆਣਾ ਨੂੰ ਹੋਰ ਪਾਣੀ ਦੇਣਾ ਸੀਗਾ ਸਤਲੁਜ ਦਰਿਆ ਦੇ ਵਿੱਚੋਂ ਅਤੇ ਉਹਦੀ ਜਿਹੜੀ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਸੀ ਪੈਸੇ ਵੀ ਦਿੱਤੇ ਜਾ ਚੁੱਕੇ ਸੀ ਹਰਿਆਣਾ ਨੇ ਵੀ ਇਹਦੇ ਲਈ ਪੇ ਕਰਤਾ ਸੀਗਾ ਪਰ ਸਿਆਸੀ ਤੌਰ 'ਤੇ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਾਤ ਹੋਏ ਪੰਜਾਬ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਲਹਿਰ ਚੱਲੀ ਉਸ ਦੇ ਕਾਰਨ ਇਹ ਮਸਲਾ ਵਿੱਚ ਰੁੜ ਗਿਆ ਹੁਣ ਕਿਉਂਕਿ ਲਗਾਤਾਰ ਮਸਲੇ ਉੱਤੇ ਹਰਿਆਣਾ ਵੱਲੋਂ ਇਹ ਸਰਗਰਮੀ ਕੀਤੀ ਜਾ ਰਹੀ ਸੀ ਸਿਆਸੀ ਤੌਰ 'ਤੇ ਵੀ ਸਰਗਰਮੀ ਜਾ ਰਹੀ ਸੀਗੀ ਅਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਲਾਇਆ ਉਹਨਾਂ ਨੇ ਕਿਉਂਕਿ ਉਹਨਾਂ ਦਾ ਹੱਕ ਬਣਦਾ ਸੀਗਾ ਸੁਪਰੀਮ ਕੋਰਟ 'ਚ ਕੇਸ ਲਾਇਆ ਸੁਪਰੀਮ ਕੋਰਟ ਇਸ ਮਸਲੇ ਦੀ ਹੁਣ ਸੁਣਵਾਈ ਕਰ ਰਹੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਸੁਪਰੀਮ ਕੋਰਟ ਇਸ ਸੰਬੰਧੀ ਕੋਈ ਆਦੇਸ਼ ਜਾਰੀ ਕਰ ਦੇ ਪਰ ਨਹਿਰ ਦੇ ਚਾਲੂ ਹੋਣ ਦੀਆਂ ਸੰਭਾਵਨਾਵਾਂ ਹਾਲੇ ਘੱਟੋ ਘੱਟ ਨਹੀਂ ਹੈਗੀਆਂ ਜੀ ਬਿਲਕੁਲ ਅਗਲੀ ਖਬਰ ਵੱਲ ਚੱਲਦੇ ਹਾਂ ਪੰਜਾਬ ਦੇ ਸ਼ਹਿਰਾਂ 'ਚ ਬਿਜਲੀ ਵਿਭਾਗ ਜਿਹੜਾ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤੀ ਦੇ ਨਾਲ ਕਾਰਵਾਈ ਕਰ ਰਿਹਾ ਹੈਗਾ ਜਲੰਧਰ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ 47 ਟੀਮਾਂ ਨੇ 2321 ਕਨੈਕਸ਼ਨ ਚੈੱਕ ਕੀਤੇ ਅਤੇ 41.5 ਲੱਖ ਰੁਪਏ ਜੁਰਮਾਨਾ ਜਿਹੜਾ ਵਸੂਲਿਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਚੋਰੀ ਹੋ ਰਹੀ ਹੈ ਕੁੰਡੀ ਲਗਾ ਕੇ ਕੀ ਕਹੋਗੇ ਇਸ ਬਾਰੇ ਦੇਖੋ ਸਾਰੇ ਰਾਜਾਂ 'ਚ ਹੋ ਰਹੀ ਹੈ ਪੰਜਾਬ 'ਚ ਵੀ ਹੋ ਰਹੀ ਹੈ ਪਰ ਪੰਜਾਬ ਦੇ ਵਿੱਚ ਕਿਉਂਕਿ ਕਾਰਪੋਰੇਸ਼ਨ ਬਣ ਚੁੱਕੀ ਹੈ ਕਾਰਪੋਰੇਸ਼ਨ ਬਣਨ ਤੋਂ ਬਾਅਦ ਕੁਝ ਨਾ ਕੁਝ ਸੁਧਾਰ ਆਇਆ ਗਾ ਕਿਸੇ ਮਤਲਬ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਬਿਜਲੀ ਦੀ ਪ੍ਰੋਡਕਸ਼ਨ ਹੋ ਰਹੀ ਹੈ ਜਿਹਦੀ ਕੰਜ਼ੂਮ ਹੋ ਰਹੀ ਹੈਗੀ ਉਹਦੇ ਵਿੱਚ ਜਿਹੜਾ ਡਿਫਰੈਂਸਿਸ ਆ ਉਹਨੂੰ ਕੱਢ ਕੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਚੋਰੀ ਦੀ ਦਰ ਹੈ ਬਹੁਤ ਵੱਡੀ ਹੈ ਪੰਜਾਬ ਦੇ ਵਿੱਚ ਦੂਜੇ ਰਾਜਾਂ ਨਾਲੋਂ ਜ਼ਿਆਦਾ ਹੈਗੀ ਅਤੇ ਬਿਹਤਰ ਇਹ ਹੈ ਵੀ ਸਾਰੇ ਰਾਜਾਂ ਦੇ ਵਿੱਚ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਬਿਹਤਰ ਨਤੀਜੇ ਨਿਕਲ ਸਕਦੇ ਨੇ ਇੱਕ ਇਹ ਹੈ ਵੀ ਬਿਜਲੀ ਦੀਆਂ ਦਰਾਂ ਵਧੇਰੇ ਹੋਣ ਕਾਰਨ ਵੀ ਲੋਕ ਚੋਰੀ ਵੱਲ ਜਾਂਦੇ ਨੇ ਇਸ ਗੱਲ ਨੂੰ ਚੈੱਕ ਕਰਨ ਦੀ ਜ਼ਰੂਰਤ ਹੈ ਇੱਕ ਜਿਹੜੀ ਖਾਸ ਤੌਰ 'ਤੇ ਇੰਡਸਟਰੀ ਹੈ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਚੋਰੀ ਹੋਣੀ ਬੜੀ ਚਿੰਤਾਜਨਕ ਹੈ ਪਿੰਡਾਂ ਦੇ ਵਿੱਚ ਵੀ ਕੁੰਡੀਆਂ ਲਾ ਕੇ ਲੋਕ ਚੋਰੀ ਕਰਦੇ ਨੇ ਪਰ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਵੀ ਉਹ ਕਾਨੂੰਨ ਦੇ ਪਾਬੰਦ ਨੂੰ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਿਹੜੀ ਇੰਡਸਟਰੀ ਹੈ ਫਿਰ ਹੀ ਅੱਗੇ ਅੱਛੇ ਤਰੀਕੇ ਨਾਲ ਵੱਧ ਸਕਦੀ ਹੈ ਨਹੀਂ ਉਹਨਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਜਿਹੜਾ ਇਹ ਜਲੰਧਰ ਜ਼ੋਨ ਦੇ ਵਿੱਚ ਜੁਰਮਾਨੇ ਹੋਏ ਨੇ ਬਹੁਤ ਵੱਡੀ ਮਿਰਖਲ ਰਕਮ ਨਹੀਂ ਹੈਗੀ ਇਹ ਹੋਰ ਜ਼ਿਆਦਾ ਕੇਸ ਫੜੇ ਜਾ ਸਕਦੇ ਨੇ ਚੈੱਕ ਕੀਤੇ ਜਾ ਸਕਦੇ ਨੇ ਕੁਝ ਥਾਵਾਂ 'ਤੇ ਜਿਹੜੇ ਬਿਜਲੀ ਕਰਮਚਾਰੀ ਜਾਂ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਵੀ ਕੇਸ ਸਾਹਮਣੇ ਆਉਂਦੇ ਨੇ ਵੀ ਉਹਨਾਂ ਦੀ ਮਿਲੀ ਭੁਗਤ ਨਾਲ ਇਹ ਚੋਰੀ ਹੁੰਦੀ ਹੈਗੀ ਇਸ ਗੱਲ ਨੂੰ ਜੇ ਤੁਸੀਂ ਤਕਨੀਕ ਦੇ ਨਾਲ ਚੈੱਕ ਕੀਤਾ ਜਾ ਸਕਦਾ ਹੁਣ ਕੁਝ ਥਾਵਾਂ 'ਤੇ ਮੀਟਰ ਵੀ ਇਸ ਤਰ੍ਹਾਂ ਦੇ ਲਾਏ ਨੇ ਵੀ ਇੱਕ ਲੈਂਡ ਦੇ ਵਿੱਚ ਕਿੰਨੀ ਬਿਜਲੀ ਜਾ ਰਹੀ ਹੈ ਉਹ 'ਚ ਕਿੰਨੀ ਕੰਜ਼ੂਮ ਹੋ ਰਹੀ ਹੈ ਕਿੰਨੀ ਬਿਲਿੰਗ ਹੋ ਰਹੀ ਹੈਗੀ ਬੜੇ ਸੌਖੇ ਤਰੀਕੇ ਨਾਲ ਇਹਨੂੰ ਦੇਖਿਆ ਜਾ ਸਕਦਾ ਸਮਝਿਆ ਜਾ ਸਕਦਾ ਜੀ ਬਿਲਕੁਲ ਅਗਲੀ ਖਬਰ ਵੱਲ ਚੱਲਦੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੋਪੜ ਜ਼ਿਲ੍ਹੇ ਦੀ ਮਾਈਨਿੰਗ ਵਾਲੀ ਜਿਹੜੀ ਥਾਵਾਂ ਨੇ ਉਹਦੇ ਕੋਲ ਨਾਕਿਆਂ ਦੀ ਹੋਣ ਨੂੰ ਲੈ ਕੇ ਹਾਈ ਕੋਰਟ ਨੇ ਕੀ ਕੀਤਾ ਕਿ CBI ਨੂੰ ਜਾਂਚ ਇਸ ਮਾਮਲੇ ਦੀ ਸੌਂਪ ਦਿੱਤੀ ਹੈ ਔਰ ਇਹਦੀ ਇਸ ਫੈਸਲੇ ਦਾ ਸਵਾਗਤ ਕੀਤਾ ਸ਼ਮਸ਼ੇਰ ਸਿੰਘ ਦੁੱਲੋ ਅਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਵੇਂ ਵੇਖਦੇ ਹੋ ਤੁਸੀਂ ਇਸ ਖਬਰ ਨੂੰ ਦੇਖੋ ਪਹਿਲੀ ਗੱਲ ਤਾਂ ਇਹ ਵੀ ਮਸਲਾ ਬਹੁਤ ਪੇਚੀਦਾ ਇਹਦੇ ਵਿੱਚ ਵੀ ਕਈ ਪੱਧਰ 'ਤੇ ਭ੍ਰਿਸ਼ਟਾਚਾਰ ਵੀ ਹੈ ਸਿਆਸੀ ਲੋਕਾਂ ਦੀ ਸਰਪ੍ਰਸਤੀ ਵੀ ਹੈ ਅਧਿਕਾਰੀਆਂ ਦੀ ਵੀ ਸਰਪ੍ਰਸਤੀ ਹੈਗੀ ਇਹ ਜਿਹੜੀਆਂ ਪਹਿਲਾਂ ਵੀ ਇਹਦੇ ਸੰਬੰਧ ਦੇ ਵਿੱਚ ਜੁਲਾਈ ਦੇ ਵਿੱਚ ਜਿਹੜੀ ਸਾਡੀ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਆਦੇਸ਼ ਦਿੱਤਾ ਸੀ 600 ਕਰੋੜ ਤੋਂ ਜ਼ਿਆਦਾ ਰੁਪਏ ਵਸੂਲੀ ਦੇ ਹੁਕਮ ਦਿੱਤੇ ਸੀ ਵੀ ਜਿਹੜੇ ਉੱਥੇ ਠੇਕੇਦਾਰ ਲੱਗੇ ਹੋਏ ਨੇ ਨਜਾਇਜ਼ ਜਿਹੜੀ ਮਹਿਨਖੋਰੀ ਹੈ ਉਹਨਾਂ 'ਤੇ ਵਸੂਲੀ ਕੀਤੀ ਜਾਵੇ ਸਰਕਾਰ ਨੇ ਹਾਲੇ ਤੱਕ ਉਹਦੇ 'ਚ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਉਹ ਵਸੂਲੀ ਹੋਣੀ ਚਾਹੀਦੀ ਠੇਕੇਦਾਰਾਂ ਤੋਂ ਸਰਕਾਰ ਨੇ ਹਾਲਾਂਕਿ ਸਰਕਾਰ ਕੋਲ ਪੈਸੇ ਦੀ ਕਮੀ ਹੈ ਇਹਦੇ ਬਾਵਜੂਦ ਵੀ ਉਹ ਵਸੂਲੀ ਨਹੀਂ ਹੋਏਗੀ ਹੁਣ ਜਿਹੜਾ ਹਾਈ ਕੋਰਟ ਦਾ ਆਦੇਸ਼ ਹੈ ਇਹ ਮੇਰੇ ਖਿਆਲ ਇੱਕ ਵਧੀਆ ਹੈਗਾ ਪਰ ਇਹਦੇ ਨਾਲ ਬਿਹਤਰ ਇਹ ਹੈ ਵੀ ਫੌਰੀ ਤੌਰ 'ਤੇ ਹਾਈ ਕੋਰਟ ਨੂੰ ਚਾਹੀਦਾ ਸੀ ਵੀ ਸੰਬੰਧਿਤ ਜਿਹੜੇ ਜ਼ਿਲ੍ਹੇ ਨੇ ਜਿੱਥੇ ਮਾਈਨਿੰਗ ਹੋ ਰਹੀ ਹੈ ਉਹਨਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਖਿਲਾਫ਼ ਵੀ ਫੌਰੀ ਤੌਰ 'ਤੇ ਕਦਮ ਚੁੱਕਣਾ ਚਾਹੀਦਾ ਸੀ ਕਿਉਂਕਿ DC ਅਤੇ SSP ਬਹੁਤ ਜ਼ਿੰਮੇਵਾਰ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਸੇ ਜ਼ਿਲ੍ਹੇ 'ਚ ਹੋ ਰਹੀ ਹੈਗੀ ਮਾਈਨਿੰਗ ਹੋ ਰਹੀ ਹੈ ਤਾਂ ਉਹਨੂੰ ਰੋਕਿਆ ਜਾਣਾ ਚਾਹੀਦਾ ਪਰ ਇਹ ਬੜੀ ਦੁੱਖ ਦੀ ਗੱਲ ਹੈ ਵੀ ਅਧਿਕਾਰੀ ਇਹ ਦੇਖਦੇ ਨਹੀਂ ਹੈਗੇ ਜਿਹੜੀਆਂ ਹਾਈ ਕੋਰਟ ਦੇ ਵਿੱਚ ਵੀ ਜਿਹੜੀਆਂ ਰਿਪੋਰਟਾਂ ਜਾਂਦੀਆਂ ਨੇ ਜਾਂ ਹਾਈ ਕੋਰਟ ਆਦੇਸ਼ ਦਿੰਦਾ ਵੀ ਸਾਨੂੰ ਇਹਦੇ ਬਾਰੇ ਰਿਪੋਰਟ ਦਿਓ ਉਹ ਰਿਪੋਰਟਾਂ ਵੀ ਉਹੀ ਅਧਿਕਾਰੀ ਬਣਾਉਂਦੇ ਨੇ ਜਿਹੜੇ ਇਸ ਗੱਲ ਦੇ ਵਿੱਚ ਕਿਸੇ ਤਰੀਕੇ ਨਾਲ ਸ਼ਾਮਲ ਨੇ ਇੱਕ ਤਾਂ ਇਹ ਹੈ ਵੀ ਸਾਰੇ ਜਿਹੜੀ ਮਾਈਨਿੰਗ ਪੰਜਾਬ ਦੇ ਵਿੱਚ ਹੋ ਰਹੀ ਹੈ ਫੌਰੀ ਤੌਰ 'ਤੇ ਇਹਦੀ ਸਕਰੀਨਿੰਗ ਕੀਤੀ ਜਾਵੇ ਅਸਲ 'ਚ ਜਿਹੜੀ ਜਾਂਚ ਦੀ ਵੀ ਬਹੁਤ ਹੌਲੀ ਰਫ਼ਤਾਰ ਨਾਲ ਚੱਲਦੀ ਹੈਗੀ ਕਿਉਂਕਿ ਸਾਡੇ ਕੋਲ ਅਧਿਕਾਰੀਆਂ ਦੀ ਕਮੀ ਹੈ CBI ਕੋਲ ਬਹੁਤ ਜ਼ਿਆਦਾ ਕੇਸ ਨੇ CBI ਮੇਰੇ ਖਿਆਲ ਇਸ ਕੇਸ ਦੇ ਵਿੱਚ ਬਹੁਤ ਲੰਬਾ ਸਮਾਂ ਲਵੇਗੀ ਫੌਰੀ ਤੌਰ 'ਤੇ ਇਸ ਦਾ ਕੋਈ ਰਿਜ਼ਲਟ ਨਹੀਂ ਨਿਕਲ ਸਕਦਾ ਇਹ
ਸਾਨੂੰ ਘੱਟ ਪੈਸੇ ਮਿਲ ਰਹੇ ਨੇ ਸਰਕਾਰ ਨੂੰ, ਠੇਕੇਦਾਰ ਜ਼ਿਆਦਾ ਲੁੱਟ ਰਹੇ ਨੇ, ਲੋਕਾਂ ਦੀ ਲੁੱਟ ਹੋ ਰਹੀ ਹੈਗੀ, ਅਤੇ ਦੂਜਾ ਵਾਤਾਵਰਨ ਲਈ ਬਹੁਤ ਗੰਭੀਰ ਸਥਿਤੀ ਪੈਦਾ ਹੋ ਚੁੱਕੀ ਹੈ, ਕਿਉਂਕਿ ਜਿਹੜੀ ਮਿਹਨਤਖੋਰੀ ਹੈਗੀ ਉਹਦੇ ਕੋਈ ਮਾਪਦੰਡ ਨਹੀਂ ਹੈਗੇ। ਜਿੱਥੋਂ ਕਿਸੇ ਠੇਕੇਦਾਰ ਜੀ ਕਰਦਾ ਅਤੇ ਉਹ ਰੇਤਾ ਕੱਢ ਰਹੇ ਆ, ਬੱਜਰੀ ਕੱਢ ਰਹੇ ਆ, ਇਸ ਗੱਲ ਨੂੰ ਚੈੱਕ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੀ ਜ਼ਰੂਰਤ ਹੈ, ਰੈਵਨਿਊ ਨੂੰ ਬਚਾਉਣ ਦੀ ਜ਼ਰੂਰਤ ਹੈ, ਇਹ ਲੁੱਟਮਾਰ ਖਤਮ ਦੀ ਜ਼ਰੂਰਤ ਹੈ। ਇੱਕ ਇਹ ਹੈ ਵੀ ਲੋਕਾਂ ਨੂੰ ਰੇਤਾ ਬੱਜਰੀ ਹਾਲੇ ਵੀ ਸਸਤੇ ਦਰ 'ਤੇ ਨਹੀਂ ਮਿਲ ਰਿਹਾ ਹੈਗਾ। 3 ਸਾਲਾਂ ਤੋਂ ਸਰਕਾਰ ਇਹ ਦਾਅਵੇ ਕਰ ਰਹੀ ਵੀ ਅਸੀਂ ਕੋਸ਼ਿਸ਼ ਕਰਾਂਗੇ, ਰਿਪੋਰਟਾਂ ਵੀ ਇਸ ਤਰ੍ਹਾਂ ਦੀ ਬਣ ਚੁੱਕੀਆਂ, ਪਰ ਹਾਲੇ ਤੱਕ ਵੀ ਲੋਕਾਂ ਨੂੰ ਬਹੁਤ ਮਹਿੰਗੀਆਂ ਦਰਾਂ 'ਤੇ ਰੇਤਾ ਬੱਜਰੀ ਮਿਲ ਰਹੀ ਹੈ। ਜੀ ਬਿਲਕੁਲ ਬਰਾੜ ਸਾਹਿਬ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਪਰ ਹਰ ਵਾਰ ਜਿਹੜਾ ਮੁੱਦਾ ਇਸੇ ਤਰ੍ਹਾਂ ਗੈਰ ਕਾਨੂੰਨੀ ਮਾਈਨਿੰਗ ਦਾ ਭਖਦਾ ਰਹਿੰਦਾ ਹੈ, ਕਿਵੇਂ ਵੇਖਦੇ ਹੋ ਤੁਸੀਂ ਇਸ ਨੂੰ? ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਭ੍ਰਿਸ਼ਟਾਚਾਰ ਹੈ ਸਭ ਤੋਂ ਵੱਡਾ ਤਾਂ ਕਾਰਨ, ਕਿਉਂਕਿ ਸਿਆਸੀ ਨੇਤਾਵਾਂ ਨੂੰ ਵੀ ਪੈਸੇ ਮਿਲਦੇ ਨੇ ਇਸ ਸਾਰੇ ਕਾਰੋਬਾਰ ਦੇ ਵਿੱਚੋਂ, ਅਤੇ ਅਫਸਰਾਂ ਨੂੰ ਵੀ ਮਿਲਦੇ ਨੇ। ਇਸ ਗੱਲ ਨੂੰ ਦੇਖਿਆ ਜਾ ਸਕਦਾ, ਜੇ ਤੁਸੀਂ ਜਿਹੜੇ ਅਧਿਕਾਰੀ ਜਿਹੜੇ ਮੈਨਗ ਵਾਲੀਆਂ ਸਾਈਟ ਦੇ ਨੇੜੇ ਜਾਂ ਉਹਨਾਂ ਜ਼ਿਲ੍ਹਿਆਂ ਵਿੱਚ ਤਾਇਨਾਤ ਨੇ, ਉਹਨਾਂ ਦੀ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ ਤਾਂ ਸਾਰਾ ਮਾਮਲਾ ਸਾਹਮਣੇ ਆ ਸਕਦਾ ਹੈਗਾ। ਦੂਸਰਾ, ਜਿਹੜੇ ਠੇਕੇਦਾਰ ਇਹ ਕੰਮ ਕਰ ਰਹੇ ਨੇ ਉਹਨਾਂ ਕੋਲ ਪਿੱਛੇ ਜੇ ਇੱਕ ਮੰਤਰੀ ਨੇ ਕਿਹਾ ਸੀ ਵੀ ਜਿਹੜੀਆਂ ਸਾਰੀ ਜਿਹੜੀ ਹੋ ਰਹੀ ਹੈ ਮੈਨਗ ਹੋ ਰਹੀ ਹੈ, ਇਹ ਟਰੱਕਾਂ ਦੇ ਰਾਹੀਂ, ਜਿਹੜੇ ਟਰੱਕਾਂ ਦੇ ਰਾਹੀਂ ਬੱਜਰੀ ਢੋਈ ਜਾ ਰਹੀ ਹੈ ਜਾਂ ਉਹਨਾਂ ਟਰੱਕਾਂ ਦੇ ਉੱਪਰ ਜੇ ਕੋਈ ਯੰਤਰ ਲਾ ਦਿੱਤਾ ਜਾਵੇ ਤਾਂ ਇਹ ਰਾਤੋ ਰਾਤ ਚੀਜ਼ਾਂ ਸਾਹਮਣੇ ਆ ਸਕਦੇ ਨੇ ਵੀ ਕਿਹੜੇ ਲੋਕ ਨੇ ਜਿਹੜੇ ਰੇਤਾ ਕੱਢ ਰਹੇ ਨੇ, ਕਿਹੜੇ ਲੋਕ ਨੇ ਜਿਹੜੇ ਬੱਜਰੀ ਕੱਢ ਰਹੇ ਨੇ ਨਜਾਇਜ਼ ਤੌਰ 'ਤੇ, ਕਿਉਂਕਿ ਉਹ ਟਰੱਕਾਂ ਨੂੰ ਟਰੈਕ ਕੀਤਾ ਜਾ ਸਕਦਾ, ਪਰ ਸਰਕਾਰ ਨੇ ਹਾਲੇ ਤੱਕ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਹੈਗਾ। ਇਸ ਗੱਲ ਨੂੰ ਬਾਕੀ ਸਾਡੇ ਲੋਕ ਸੁਚੇਤ ਨਹੀਂ ਹੈਗੇ, ਲੋਕਾਂ ਨੂੰ ਇਸ ਗੱਲ ਦੇ ਖਿਲਾਫ਼ ਉੱਠਣਾ ਚਾਹੀਦਾ, ਆਵਾਜ਼ ਉਠਾਉਣੀ ਚਾਹੀਦੀ ਹੈ। ਰੋਪੜ ਦੇ ਵਿੱਚ ਖਾਸ ਤੌਰ 'ਤੇ ਬਹੁਤ ਵੱਡੇ ਪੱਧਰ 'ਤੇ ਮਾਈਨਿੰਗ ਹੋ ਰਹੀ ਹੈਗੀ, ਉਸ ਗੱਲ ਨੂੰ ਰੋਕਿਆ ਜਾਣਾ ਚਾਹੀਦਾ, ਬੜੇ ਵੱਡੇ ਖਤਰੇ ਸਾਡੇ ਲਈ ਪੈਦਾ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ, ਅਗਲੀ ਖਬਰ ਵੱਲ ਚੱਲਦੇ ਹਾਂ। ਇਸ ਨਾਲ ਹੀ ਦੇਸ਼ ਦੇ 17 ਸੂਬਿਆਂ ਦੇ ਵਿੱਚ 50% ਤੋਂ ਜ਼ਿਆਦਾ ਜਿਹੜਾ ਮੀਂਹ ਪਿਆ ਇਸ ਵਾਰ, ਹੜ੍ਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਆਏ ਹੋਏ ਨੇ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪੰਜਾਬ 'ਚ ਵੀ ਹੈਗੀ ਹੈ, ਤਾਂ ਕੀ ਪੰਜਾਬ ਤਿਆਰ ਹੈ ਇਸ ਦੇ ਲਈ? ਮੇਰੇ ਖਿਆਲ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿੰਨੀ ਕੁ ਹੈਗੀ ਹੈ ਉਹਦੀ ਉੱਨੀ ਕੁ ਤਿਆਰੀ ਸਰਕਾਰ ਨੇ ਕੀਤੀ ਹੋਈ ਹੈਗੀ, ਪਰ ਜੇ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਮੀਂਹ ਪੈਂਦਾ ਪਰ ਇਸ ਤਰ੍ਹਾਂ ਦੀ ਪ੍ਰੋਡਿਕਸ਼ਨ ਹੈ ਨਹੀਂ ਗੀ ਤਾਂ ਪੰਜਾਬ ਸਰਕਾਰ ਦੀ ਤਿਆਰੀ ਨਹੀਂ ਹੈਗੀ, ਤਾਂ ਉਸ ਗੱਲ ਨੂੰ ਹੜ੍ਹ ਨੂੰ ਰੋਕਣਾ ਬੜਾ ਮੁਸ਼ਕਲ ਹੈ ਪੰਜਾਬ ਸਰਕਾਰ ਲਈ। ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੀ ਜੇ ਕੋਈ ਲੱਗਦਾ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਹੜ੍ਹ ਆ ਸਕਦਾ ਜਾਂ ਜ਼ਿਆਦਾ ਮੀਂਹ ਪੈ ਸਕਦਾ ਤਾਂ ਉਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ, ਖਾਸ ਤੌਰ 'ਤੇ ਕਿਉਂਕਿ ਦਰਿਆਈ ਜਿਹੜੇ ਖੇਤਰ ਨੇ ਸਾਡੇ ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ, ਉੱਥੇ ਆਬਾਦੀ ਨੂੰ ਬਚਾਉਣ ਦੀ ਜ਼ਰੂਰਤ ਹੈ। ਉਹ ਸਰਕਾਰ ਨੂੰ ਉਹਨਾਂ ਥਾਵਾਂ ਦੀ ਸ਼ਨਾਖਤ ਹੈ ਜਿੱਥੇ ਵੀ ਹੜ੍ਹ ਦੀ ਸਮੱਸਿਆ ਆਉਂਦੀ ਹੈ ਪਿਛਲੇ ਕਈ ਦਹਾਕਿਆਂ ਤੋਂ, ਉਹਨਾਂ ਇਲਾਕਿਆਂ ਦੀ ਸ਼ਨਾਖਤ ਹੈਗੀ ਹੈ, ਉੱਥੇ ਜਿਹੜੇ ਬੰਨ ਨੇ ਉਹਨਾਂ ਨੂੰ ਤੁਸੀਂ ਦੁਬਾਰਾ ਚੈੱਕ ਕਰ ਸਕਦੇ ਹੋਗੇ, ਅਧਿਕਾਰੀਆਂ ਦੀ ਡਿਊਟੀ ਲਾਈ ਜਾ ਸਕਦੀ ਹੈਗੀ। ਲੋਕ ਵੀ ਇਸ ਗੱਲ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਵੱਖ ਵੱਖ ਥਾਵਾਂ 'ਤੇ ਜਦੋਂ ਬੰਨ ਬਣਦੇ ਨੇ ਲੋਕ ਆਪਣੇ ਤੌਰ 'ਤੇ ਵਲੰਟੀਅਰ ਤੌਰ 'ਤੇ ਆਉਂਦੇ ਨੇ। ਇਸ ਗੱਲ ਨੂੰ ਮੇਰੇ ਖਿਆਲ ਦੁਬਾਰਾ ਇੱਕ ਵਾਰੀ ਰੀਚੈੱਕ ਕਰਨ ਦੀ ਜ਼ਰੂਰਤ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਸ਼ਨਾਖਤ ਜਿਹੜੀ ਹੈ ਇਲਾਕਿਆਂ ਦੀ ਹੈਗੀ ਹੈ ਸਰਕਾਰ ਦੇ ਕੋਲ, ਤਾਂ ਫਿਰ ਹਰ ਸਾਲ ਜਿਹੜੇ ਹੈ ਪ੍ਰਬੰਧ ਜੇ ਇਸ ਤਰ੍ਹਾਂ ਹੁੰਦੇ ਵੀ ਨੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਕਿਸਾਨਾਂ ਨੂੰ, ਇਸ ਤਰ੍ਹਾਂ ਕਿਉਂ ਹੈਗਾ? ਇਸ ਮੁਸ਼ਕਲਾਂ ਇਸ ਕਰਕੇ ਆਉਂਦੀਆਂ ਨੇ ਵੀ ਜਿਹੜੇ ਪ੍ਰਬੰਧ ਨੇ ਉਹ ਪੂਰੇ ਨਹੀਂ ਹੈਗੇ। ਕਈ ਵਾਰੀ ਉਹ ਕਾਗਜ਼ੀ ਪ੍ਰਬੰਧ ਹੁੰਦੇ ਨੇ, ਜਿਹੜੇ ਬੰਨ ਬਣਾਉਣ ਦੀ ਪ੍ਰਕਿਰਿਆ ਜਾਂ ਜਿਹੜੇ ਹੋਰ ਕਾਰਜ ਨੇ ਹੜ੍ਹਾਂ ਨਾਲ ਜੁੜੇ ਹੋਏ, ਉਹ ਕਾਗਜ਼ੀ ਤੌਰ 'ਤੇ ਕੀਤੇ ਜਾਂਦੇ ਨੇ। ਉਹਨਾਂ ਦੇ ਵਿੱਚ ਵਿਤਰੇ ਵੀ ਉਹ ਗਰਾਊਂਡ ਸਥਿਤੀ ਦੇਖੀ ਜਾਵੇ, ਸਰਕਾਰ ਨੂੰ ਇਸ ਤਰ੍ਹਾਂ ਦੇ ਅਧਿਕਾਰੀ ਉੱਥੇ ਲਾਉਣੇ ਚਾਹੀਦੇ ਨੇ, ਇਸ ਤਰ੍ਹਾਂ ਦੇ ਵਲੰਟੀਅਰ ਲਾਉਣੇ ਚਾਹੀਦੇ ਨੇ ਜਿਨ੍ਹਾਂ ਨਾਲ ਬਿਲਕੁਲ ਸਥਿਤੀ ਸਾਹਮਣੇ ਆ ਸਕੇ ਵੀ ਇਹ ਸਥਿਤੀ ਬਹੁਤ ਨਾਜ਼ੁਕ ਹੈ, ਚਾਹੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਲਾਤ ਨੇ ਵੀ ਆਉਣ ਵਾਲੇ ਸਮੇਂ 'ਚ ਸਾਡੇ ਲਈ ਸੰਕਟ ਪੈਦਾ ਹੋ ਸਕਦਾ। ਜੀ ਬਿਲਕੁਲ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ। ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਅਤੇ ਸਾਡੇ ਮਾਹਿਰ ਮਹਿਮਾਨ ਬਲਜੀਤ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ।